ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਕਿ ਮਸਿਆਦੀ ਰਾਤ ਆਪਣੇ ਛੱਤ ਤੇ ਦੀਵਾ ਜਗਾ ਕੇ ਕਰੋ ਇੱਕ ਕੰਮ ਘਰ ਦੇ ਵਿੱਚ ਅੰਨ ਤੇ ਧਨ ਕਦੇ ਵੀ ਖਤਮ ਨਹੀਂ ਹੋਣਗੇ ਪਰ ਉਸ ਤੋਂ ਪਹਿਲਾਂ ਸਭ ਨੂੰ ਬੇਨਤੀ ਹੈ ਕਿ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ ਤਾਂ ਕਿ ਪਰਮਾਤਮਾ ਦੀ ਮਿਹਰ ਆਪਣੇ ਤੇ ਬਣੀ ਰਵੇ ਤੇ ਆਪਣੀ ਰਸਨਾ ਜਿਹੜੀ ਐ ਬੋਲ ਕੇ ਪਵਿੱਤਰ ਹੋ ਜਾਵੇ ਹੁਣ ਜਾਣਦੇ ਆਂ ਵੀ ਮੱਸੀਆ ਦੀ ਰਾਤ ਆਪਣੇ ਛਾਤੇ ਦੀਵਾ ਜਗਾ ਕੇ ਕੀ ਕਰਨਾ ਕਿੰਦੇ ਵੀ ਇਸ ਤਰ੍ਹਾਂ ਕਰਨ ਦੇ ਨਾਲ ਕਰੋ ਹਰ ਮੁਸ਼ਕਿਲ ਵੀ ਕੋਹਾਂ ਦੂਰ ਹੋ ਜਾਵੇਗੀ ਆਪਾਂ ਸਭ ਜਾਣਦੇ ਆਂ ਵੀ ਮੱਸੀਆ ਦੀ ਰਾਤ ਕਾਲੀ ਬੋਲੀ ਰਾਤ ਐ ਤੇ ਹਰ ਪਾਸੇ ਹਨੇਰੇ ਦਾ ਰਾਜ ਹੁੰਦਾ ਓਵੇਂ ਆਪਣੇ ਮਨਾਂ ਵਿੱਚ ਵੀ ਹਨੇਰੇ ਦਾ ਰਾਜ ਐ ਜਿਸ ਕਾਰਨ ਆਪਾਂ ਨਿੰਦਿਆ ਚੁਗਲੀ ਕਰਦੇ ਆਂ ਕਿ ਨਿੰਦਿਆ ਇੰਨੀ ਮਾੜੀ ਐ ਇਹ ਕਿਤੇ ਸਾਰੇ ਪੁੰਨਦਾਨ ਵੀ ਖਾ ਜਾਂਦੀ ਆਪਣੇ ਅੰਦਰ ਉਹ ਹਨੇਰਾ ਹਨ ਪ੍ਰਯ ਨਫਰਤ ਦਾ ਹਨੇਰਾ ਤੇ ਇਸ ਤੋਂ ਦੂਰ ਹੋ ਕੇ ਆਪਾਂ ਨੂੰ ਸਾਰੇ ਸੁੱਖ ਮਿਲਣ ਫਿਰ ਆਓ ਜਾਣਦੇ ਆਂ ਕਿਵੇਂ ਇੱਕ ਵਾਰ ਨਾ ਇੱਕ ਸੇਠ ਹੁੰਦਾ ਉਹਦੇ ਚਾਰ ਪੁੱਤਰ ਹੁੰਦੇ ਨੇ ਚਾਰਾਂ ਦਾ ਵਿਆਹ ਹੋ ਗਿਆ ਹੁੰਦਾ ਚਾਰੀ ਕਰ ਨੋਹਾ ਹੁੰਦੀਆਂ ਨੇ ਸੇਠ ਦੇ ਕੋਲ ਬੜੀ ਜਿਆਦੀ ਧਨ ਸੰਪਦਾ ਹੁੰਦੀ ਹਰ ਉਹਦੇ ਕੋਲ ਸੁਖ ਹੁੰਦਾ ਜਿੱਧਰ ਵੀ ਹੱਥ ਮਾਰਦਾ ਕਿਹਾ ਜਾਂਦਾ ਨਾ ਮਿੱਟੀ ਵਿੱਚ ਵੀ ਹੱਥ ਮਾਰੇ ਤੇ ਸੋਨਾ ਬਣਾ ਦੇ ਉਹ ਸੇਠ ਐਵੇਂ ਦਾ ਸੀ ਕਿ ਮਿੱਟੀ ਵਿੱਚ ਵੀ ਹੱਥ ਮਾਰੇ ਤੇ ਸੋਨਾ ਬਣ ਜੇ ਭਾਵ ਇੰਨੀ ਧਨ ਦੌਲਤ ਸੀ ਇੱਕ ਦਿਨ ਆਪਣੀ ਹੱਟ ਨੂੰ ਵਧਾ ਕੇ ਕਾਰ ਆਇਆ ਜਿਵੇਂ ਲੰਮਾ ਪਿਆ ਤੇ ਉਹਨੂੰ ਐਵੇਂ ਲੱਗਾ ਵੀ ਜਿਵੇਂ ਸੁਪਨਾ ਆਂਦੇ ਸੁਪਨੇ ਦੇ ਵਿੱਚ ਕੀ ਦੇਖਦਾ ਹੈ ਵੀ ਮਾਇਆ ਉਹਦੇ ਕੋਲ ਆ ਕੇ ਕਿਹਾ ਵੀ ਮੈਂ ਮਾਇਆ ਵਾਂ ਤੇ ਮੈਂ ਪਿਛਲੇ ਕਈ ਸਦੀਆਂ ਤੋਂ ਭਾਵ ਤੇਰੇ ਦਾਦੇ ਪੜਦਾਦੇ ਤੇਰੇ ਪਿਓ ਤੂੰ ਤੇ ਤੇਰੇ ਪੁੱਤਾਂ ਕੋਲ ਹੁਣ ਤੱਕ ਸਥਾਈ ਰੂਪ ਚ ਨਿਵਾਸ ਕਰਦੀ ਪਈ ਸਾਂ ਤਾਂ ਹੀ ਤੇਰੇ ਘਰ ਅੰਨ ਤੇ ਧੰਦੇ ਭੰਡਾਰ ਲੱਗੇ ਪਏ ਸਨ ਤੂੰ ਮਿੱਟੀ ਵਿੱਚ ਵੀ ਹੱਥ ਮਾਰਦਾ ਸੈਂ ਤੇ ਤੈਨੂੰ ਸੋਨਾ ਹੀ ਪ੍ਰਾਪਤ ਹੁੰਦਾ ਸੀ ਪਰ ਮੇਰੀ ਗੱਲ ਸੁਣ ਹੁਣ ਮੈਂ ਤੇਰੇ ਘਰ ਤੋਂ ਜਾ ਰਹੀ ਹਾਂ ਸੇਠ ਨੇ ਗੱਲ ਸੁਣੀ ਤੇ ਸੇਠ ਨੇ ਕਿਹਾ ਕਿਉਂ ਜਾ ਰਹੇ ਹੋ ਉਹਨੇ ਕਿਹਾ ਵੀ ਇਹ ਨਹੀਂ ਵੀ ਤੂੰ ਦਾਨ ਪੁੰਨ ਨਹੀਂ ਕਰਦਾ ਜਾਂ ਚੰਗੇ ਕਰਮ ਨਹੀਂ ਕਰਦਾ ਤਾਂ ਜਾ ਰਹੀ ਨੇ ਕਿਹਾ ਵੀ ਮੇਰਾ ਸੁਭਾਅ ਮੈਂ ਇੱਕ ਥਾਂ ਤੇ ਸਥਾਈ ਰੂਪ ਤੱਕ ਨਹੀਂ ਰਹਿ ਸਕਦੀ ਇਸ ਕਰਕੇ ਤੇਰੇ ਘਰੋਂ ਜਾ ਰਹੀ ਹਾਂ ਪਰ ਹਾਂ ਤੇਰੇ दानਪੁਣ ਤੇਰੇ ਕਰਮ ਵੇਖ ਕੇ ਮੈਂ ਤੈਨੂੰ ਇੱਕ ਮੌਕਾ ਦਿੰਦੀ ਹਾਂ ਵੀ ਤੂੰ ਐਵੇਂ ਕਰੀ ਕਾਲ ਦਾ ਪੂਰਾ ਦੇਨੇ ਤੇਰੇ ਕੋਲ ਤੂੰ ਕੋਈ ਵੀ ਇੱਕ ਐਸੀ ਚੀਜ਼ ਮੰਗ ਲੈ ਜਿਸ ਦੇ ਨਾਲ ਤੈਨੂੰ ਸਾਰੇ ਸੁੱਖ ਮਿਲ ਜੇ ਇੰਨਾ ਮੈਂ ਜ਼ਰੂਰ ਕਰ ਸਕਦੀ ਹਾਂ ਜਾਂਦੇ ਜਾਂਦੇ ਇੰਨਾ ਕਹਿ ਕੇ ਤੇ ਜਿਹੜਾ ਮਾਇਆ ਦੀ ਦੇਵੀ ਸੀ ਉਹਦੇ ਸੁਪਨੇ ਦੇ ਵਿੱਚੋਂ ਚਲੀ ਗਈ ਹੁਣ ਹੜਬੜਾ ਹੜ ਦੇ ਨਾਲ ਉੱਠਦਾ ਦੇਖਦਾ ਹੈ ਤੇ ਲਗਭਗ ਅੰਮ੍ਰਿਤ ਵੇਲੇ ਦਾ ਹੀ ਸਮਾਂ ਹੁੰਦਾ ਉੱਠਿਆ ਇਸ਼ਨਾਨ ਪਾਣੀ ਕੀਤਾ ਵਾਇਗੁਰੂ ਦਾ ਨਾਮ ਲਿਆ ਇੰਨੇ ਨੂੰ ਸਾਰਾ ਪਰਿਵਾਰ ਉੱਠ ਜਾਂਦਾ ਸਾਰਾ ਪਰਿਵਾਰ ਆਉ ਸੇਠ ਦੇ ਹਾ ਭਾਵ ਦੇਖ ਕੇ ਨਾ ਬੜਾ ਜ਼ਿਆਦਾ ਚਿੰਤਿਤ ਹੋ ਜਾਂਦਾ ਸਾਰੇ ਪੁੱਛਦੇ ਆ ਵੀ ਕੀ ਹੋਇਆ ਸਾਰਿਆਂ ਨੂੰ ਇਕੱਠਾ ਕਰਕੇ ਕਹਿੰਦਾ ਵੀ ਮੇਰੀ ਗੱਲ ਸੁਣੋ ਮੇਰੇ ਸੁਪਨੇ ਦੇ ਵਿੱਚ ਮਾਇਆ ਆਈ ਸੀ ਮਾਇਆ ਦੀ ਦੇਵੀ ਆਈ ਸੀ ਧਨ ਸੰਪਦਾਈ ਸੀ ਉਹਨੇ ਕਿਹਾ ਕਿ ਮੈਂ ਤੁਹਾਡੇ ਘਰੋਂ ਚਲੇ ਜਾਣਾ ਪਰ ਉਹਨੇ ਕਿਹਾ ਵੀ ਮੈਂ ਜਾਂਦਿਆਂ ਜਾਂਦਿਆਂ ਤੈਨੂੰ ਇੱਕ ਵਰ ਦੇ ਕੇ ਜਾਣਾ ਉਹ ਵਰ ਦਾ ਤੂੰ ਜੋ ਮਰਜ਼ੀ ਮੰਗ ਲੈ ਉਹ ਤੇਰੇ ਘਰ ਹਮੇਸ਼ਾ ਰਹੇਗਾ ਪਰ ਮੈਂ ਤੇਰੇ ਘਰੋਂ ਚਲੇ ਜਾਣਾ ਵਰ ਵੀ ਤਾਂ ਦਿੱਤਾ ਹੈ ਕਿ ਆਪਾਂ ਚੰਗੇ ਕਰਮ ਕੀਤੇ ਸੀ ਦਾਨ ਪੁੰਨ ਕੀਤਾ ਸੀ ਉਹਦੇ ਕਰਕੇ ਉਹ ਕਹਿੰਦੇ ਠੀਕ ਹੈ ਵਾਰੀ-ਵਾਰੀ ਸਾਰਿਆਂ ਨੂੰ ਪੁੱਛਦਾ ਉਸcar ਸਭ ਦੀ ਸਲਾਹ ਲੈਂਦਾ ਪਹਿਲਾਂ ਵੱਡੇ ਪੁੱਤ ਨੂੰ ਪੁੱਛਦਾ ਵੱਡਾ ਪੁੱਤ ਕਹਿੰਦਾ ਐਵੇਂ ਕਰੋ ਪਿਤਾ ਜੀ ਚਾਰ ਘਰ ਮੰਗ ਲਓ ਸਾਡੇ ਚਾਰਾਂ ਨੇ ਤੇ ਚਾਰ ਦੁਕਾਨਾਂ ਮੰਗ ਲਓ ਇੱਕ ਐਕੇ ਵੱਡਾ ਚੁੱਪ ਹੋ ਗਿਆ ਦੂਜਾ ਕਹਿੰਦਾ ਵੀ ਉਹਨਾਂ ਇੱਕੀ ਵਾਰ ਕਿਹਾ ਨਾ ਕਿ ਤਾ ਨਾ ਦੇ ਤੁਸੀਂ ਐਵੇਂ ਕਰੋ ਉਹਨਾਂ ਨੂੰ ਕਹੋ ਵੀ ਚਾਰ ਗਦਾਮ ਨਾਲ ਅਨਾਜ ਦੇ ਤੇ ਉਹਦੇ ਭਰ ਦੇ ਅਗਲਾ ਕਹਿੰਦਾ ਤੁਸੀਂ ਐਵੇਂ ਕੋ ਚਾਰ ਗਦਾਮ ਨਾਲ ਸੋਨੇ ਦੇ ਪਰਵਾ ਲੋ ਹੌਲੀ ਹੌਲੀ ਵੇਚ ਕੇ ਦਿਖਾਉਂਦੇ ਰਵਾਂਗੇ ਅਗਲੇ ਨੂੰ ਪੁੱਛਦੇ ਆ ਉਹ ਵੀ ਕੋਈ ਐਵੇਂ ਦੀ ਘੜਤ ਦੱਸਦਾ ਵੀ ਇਹ ਚੀਜ਼ ਮੰਗ ਲਓ ਪਰ ਉਹਨਾਂ ਦੀ ਜਿਹੜੀ ਛੋਟੀ ਨੂੰ ਹੁੰਦੀ ਹੈ ਨਾ ਉਹ ਚੁੱਪ ਕਰਕੇ ਮੰਜੀ ਦੇ ਇੱਕ ਪਾਸੇ ਬੈਠੀ ਹੁੰਦੀ ਉਹ ਸੇਡ ਖੜਾ ਹੁੰਦਾ ਉਹਦੇ ਕੋਲ ਜਾ ਕੇ ਕਹਿੰਦਾ ਧੀਏ ਸਾਰੇ ਜਣੇ ਆਪਣੇ ਆਪਣੇ ਵਿਚਾਰ ਦੇਣ ਦੇ ਨੇ ਤੂੰ ਹੀ ਦੱਸ ਤੇਰੇ ਮਨ ਦੀ ਕੀ ਭਾਵਨਾ ਕਹਿੰਦੀ ਸੇਟ ਜੀ ਪਿਤਾ ਜੀ ਵਿਜੇ ਚਾਰ ਘਰ ਤੇ ਚਾਰ ਦੁਕਾਨਾਂ ਮੰਗੀਆਂ ਜਦੋਂ ਆਪਣੀ ਘਰ ਮਾਇਆ ਚਲੇਗੀ ਤੇ ਉਹ ਵੀ ਕਿਸੇ ਆਣੇ ਬਹਾਨੇ ਚਲੇ ਜਾਣਗੇ ਜੇ ਆਪਾਂ ਚਾਰ ਗਦਾਮ ਅਨਾਜ ਦੇ ਮੰਗ ਲਏ ਤੇ ਜੇ ਮਾਇਆ ਹੀ ਚਲੇਗੀ ਤੇ ਅਨਾਜ ਵੀ ਚਲਾ ਜਾਏਗਾ ਜੇਕਰ ਆਪਾਂ ਚਾਰ ਗਦਾਮ ਸੋਨੇ ਦੇ ਮੰਗ ਲਏ ਤੇ ਜਦੋਂ ਮਾਇਆ ਚਲੇਗੀ ਤੇ ਸੋਨਾ ਵੀ ਨਾਲ ਚਲੇ ਜਾਣਾ ਉਹ ਕੋਈ ਨਾ ਕੋਈ ਰੋਗ ਸੋਗ ਆਏਗਾ ਤੇ ਉਹ ਚਲਾ ਜਾਣਾ ਜੋ ਚੌਥੀ ਪਤਨੀ ਕੀ ਉਹ ਵੀ ਉਹਨੇ ਕੋਈ ਐਵੇਂ ਕਹਿਤਾ ਵੀ ਇਹ ਵੀ ਚਲਾ ਜਾਣਾ ਕਿ ਨਪਤੀਏ ਫਿਰ ਤੂੰ ਹੀ ਦੱਸ ਵੀ ਕੀ ਚਾਹੀਦਾ ਕਹਿੰਦੀ ਪਿਤਾ ਜੀ ਤੁਸੀਂ ਨਾ ਸਿਰਫ ਇਹ ਤਿੰਨ ਚੀਜ਼ਾਂ ਮੰਗਿਆ ਜੀ ਕਿਹਾ ਕੀ ਕਹਿੰਦੀ ਪਹਿਲੀ ਚੀਜ਼ ਮੰਗਿਆ ਜੇ ਵੀ ਸਾਡੇ ਕੋਲ ਇੱਕੋ ਹੀ ਘਰ ਹੋਵੇ ਕਹਿੰਦਾ ਉਹ ਪਿਤਾ ਕਹਿੰਦੇ ਵੀ ਇੱਕ ਹੀ ਘਰ ਆਪਾਂ ਤੁਸੀਂ ਚਾਰ ਉਹ ਚਾਰ ਤੁਹਾਡੇ ਤੁਸੀਂ ਵੀ ਅੱਗੋਂ ਹੋ ਤੁਹਾਡੇ ਜਵਾਕ ਵੀ ਨੇ ਮੈਂ ਵੀ ਆ ਤੇ ਆਪਾਂ ਸਾਰੇ ਇੱਕ ਘਰ ਦੇ ਵਿੱਚ ਕਿਵੇਂ ਰਹਿ ਸਕਾਂਗੇ ਨੇ ਕਿ ਆ ਪਿਤਾ ਜੀ ਵੀ ਜੇਸਕਾਰ ਭਾਵੇਂ ਇੱਕ ਹੀ ਘਰ ਹੋਵੇ ਜੇਸਕਾਰ ਆਪਾਂ ਪਿਆਰ ਨਾਲ ਰਹੀਏ ਸਤਕਾਰ ਨਾਲ ਰਹੀਏ ਉਸ ਘਰ ਆਪੇ ਰਿਜਕ ਤੇ ਬਰਕਤ ਆਵੇਗਾ ਕਿੰਨੇ ਅੱਛਾ ਧੀਏ ਦੂਸਰੀ ਚੀਜ਼ ਦੱਸ ਕਿ ਹਾਂ ਇੱਕ ਘਰ ਇੱਕ ਥਾਲੀ ਤੇ ਇੱਕ ਦੀਵਾ ਵੀ ਤੁਸੀਂ ਤਿੰਨ ਚੀਜ਼ਾਂ ਮੰਗਿਆ ਜੀ ਉਹ ਕਹਿੰਦਾ ਵੀ ਇੱਕ ਘਰ ਇੱਕ ਥਾਲੀ ਇੱਕ ਦੀਵਾ ਇਹਨਾਂ ਤੀਜਾਂ ਤਿੰਨਾਂ ਚੀਜ਼ਾਂ ਦਾ ਭਾਵ ਕੀ ਹੈ ਵੀ ਇੱਕ ਘਰ ਤੇ ਚੱਲ ਤੂੰ ਦੱਸ ਤਾਂ ਵੀ ਇੱਕ ਘਰ ਚ ਰਵਾਂਗੇ ਪਿਆਰ ਨਾਲ ਰਵਾਂਗੇ ਤੇ ਬਰਕਤ ਤੇ ਸਤਕਾਰ ਵੀ ਆਪੇ ਸਾਰਾ ਕੁਝ ਆ ਜਾਏਗਾ ਪਰ ਇੱਕ ਥਾਲੀ ਚ ਇੰਨੇ ਜੀ ਕਿਵੇਂ ਖਾਵਾਂਗੇ ਤੇ ਇੱਕ ਦੀਵਾ ਉਹ ਕਹਿੰਦੀ ਪਿਤਾ ਜੀ ਇੱਕ ਘਰ ਦਾ ਭਾਵ ਹੈ ਵੀ ਇੱਕ ਛੱਤ ਥੱਲੇ ਜਿੰਨੇ ਜੀ ਪਿਆਰ ਸਤਕਾਰ ਤੇ ਇੱਜ਼ਤ ਮਾਨ ਇੱਕ ਦੂਜੇ ਨੂੰ ਦਿੰਦੇ ਨੇ ਨਿਮਰਤਾ ਤੇ ਮਿਠਾਸ ਰੱਖਦੇ ਨੇ ਉਸ ਘਰ ਬਰਕਤ ਤੇ ਰਿਜਕ ਆ ਬਰੂਹਾਂ ਤੇ ਆ ਕੇ ਅੰਦਰ ਆ ਜਾਂਦਾ ਹੈ ਇੱਕ ਥਾਲੀ ਭਾਵ ਜਿਸ ਦੇ ਵਿੱਚ ਆਪਾਂ ਸਾਰੇ ਮਿਲ ਕੇ ਖਾਣਾ ਖਾ ਸਕੀਏ ਜਦੋਂ ਪਿਆਰ ਹੋਵੇਗਾ ਤੇ ਭਾਵੇਂ ਇੱਕ ਕੋਲੀ ਹੋਵੇ ਉਹਦੇ ਵਿੱਚ ਵੀ ਆਪਾਂ ਜਦੋਂ ਖਾ ਲਿਆ ਤੇ ਆਪੇ ਫਿਰ ਘਰ ਜੋ ਸੰਤੋਖ ਹੈ ਨਾ ਜਿਸ ਘਰ ਸੰਤੋਖ ਦੀ ਤਾਂਤਾ ਆ ਗਈ ਉੱਥੇ ਸਾਰਾ ਕੁਝ ਆਪ ਆ ਜਾਂਦਾ ਇਸ ਲਈ ਇੱਕ ਘਰ ਤੇ ਇੱਕ ਥਾਲੀ ਮੰਗਿਓ ਕਿੰਨੇ ਫਿਰ ਅਗਲੀ ਦੀਵੇ ਦਾ ਕੀ ਭਾਵ ਹੈ ਕਿੰਨੇ ਇੱਕ ਦੀਵਾ ਮੰਗ ਲਿਆ ਜੀ ਜਿਸ ਨਾਲ ਘਰ ਰੋਸ਼ਨ ਹੋਵੇ ਜਿਸ ਨਾਲ ਘਰੋਂ ਦਲਿੱਦਰ ਕੋਹਾਂ ਦੂਰ ਰਵੇ ਤੇ ਉਸ ਦੀਵੇ ਦੀ ਲੋ ਵਾਂਗ ਅਸੀਂ ਆਪਣੇ ਆਪ ਨੂੰ ਤਪਾ ਕੇ ਮਿਹਨਤ ਕਰ ਅੱਗੇ ਵਧੀਏ ਤੇ ਜਿੱਥੇ ਦੀਵਾ ਬਲੇ ਉੱਥੇ ਕੋਈ ਖਾਲੀ ਨਾ ਜਾਵੇ ਕਿੰਦੀ ਪਿਤਾ ਜੀ ਕੱਲ ਨੂੰ ਜਦੋਂ ਮਾਇਆ ਦੀ ਦੇਵੀ ਆਵੇ ਤੇ ਉਸ ਤੋਂ ਇਹੀ ਤਿੰਨ ਚੀਜ਼ਾਂ ਮੰਗਿਓ ਜੀ ਪਹਿਲਾ ਘਰ ਦੂਜਾ ਇੱਕ ਥਾਲੀ ਤੇ ਤੀਜਾ ਇੱਕ ਦੀਵਾ ਕਿੰਦੀ ਠੀਕ ਹੈ ਰਾਤ ਹੋਈ ਤੇ ਜਦੋਂ ਉਹ ਸੋ ਗਿਆ ਤੇ ਫਿਰ ਮਾਇਆ ਦੀ ਦੇਵੀ ਆ ਗਈ ਮਾਇਆ ਦੀ ਦੇਵੀ ਕਹਿੰਦੀ ਵੀ ਸੇਠ ਮੈਂ ਚੱਲੀਆਂ ਤੇਰੇ ਘਰੋਂ ਤੈਨੂੰ ਇੱਕ ਚੀਜ਼ ਕਿਹਾ ਸੀ ਮੰਗਣ ਨੂੰ ਤੂੰ ਮੰਗ ਲੈ ਹੱਥ ਜੋੜ ਕੇ ਪ੍ਰਣਾਮ ਕੀਤਾ ਕਿੰਦੇ ਮਾਇਆ ਮੈਂ ਤੁਹਾਨੂੰ ਦੇਵੀ ਨਹੀਂ ਰੋਕ ਸਕਦਾ ਤੁਸੀਂ ਜਿੰਨਾ ਸਮਾਂ ਰਹਿਣਾ ਸੀ ਰਹਿ ਲਿਆ ਚਲੋ ਜਾਂਦੇ ਜਾਂਦੇ ਮੈਨੂੰ ਇੱਕ ਚੀਜ਼ ਦੇ ਦਿਓ ਕਿੰਦੇ ਉਹ ਤੇ ਮੈਂ ਦੇਣੀ ਹੀ ਮੈਂ ਕਿਹਾ ਸੀ ਤੂੰ ਦੱਸ ਕੀ ਚਾਹੀਦਾ ਕਿੰਦਾ ਇੱਕ ਘਰ ਇੱਕ ਥਾਲੀ ਤੇ ਇੱਕ ਦੀਵਾ ਜਦੋਂ ਇਹ ਗੱਲ ਕਹੀ ਤਾਂ ਮਾਇਆ ਦੀ ਦੇਵੀ ਸੁਣ ਕੇ ਹੱਸ ਪਈ ਮਾਇਆ ਦੀ ਦੇਵੀ ਕਹਿੰਦੀ ਵੀ ਤੈਨੂੰ ਇਹ ਚੀਜ਼ਾਂ ਕਿੰਨੇ ਦੱਸਿਆ ਨੇ ਕਿਹਾ ਮੇਰੀ ਛੋਟੀ ਨੂੰ ਨੇ ਮਾਇਆ ਦੀ ਦੇਵੀ ਕਹਿੰਦੀ ਵੀ ਠੀਕ ਹੈ ਤੁਹੇ ਇੱਕ ਘਰ ਮੰਗਿਆ ਇੱਕ ਥਾਲੀ ਮੰਗੀ ਇੱਕ ਦੀਵਾ ਮੰਗਿਆ ਵੀ ਇੱਕ ਘਰ ਪਿਆਰ ਦਾ ਪ੍ਰਤੀਕ ਹੈ ਤੇ ਜਿੱਥੇ ਪਿਆਰ ਹੈ ਉੱਥੇ ਮੈਂ ਇੱਕ ਥਾਲੀ ਮਿਲ ਜੁਲ ਕੇ ਤੇ ਭਾਈਚਾਰੇ ਦਾ ਪ੍ਰਤੀਕ ਹੈ ਜਿੱਥੇ ਭਾਈਚਾਰਾ ਹੈ ਉੱਥੇ ਵੀ ਮੈਂ ਇੱਕ ਦੀਵਾ ਜਦੋਂ ਰੋਜ਼ ਕੋਈ ਸ਼ਾਮ ਨੂੰ ਜਗਾਉਂਦਾ ਜਿਸ ਦੇ ਨਾਲ ਘਰ ਰੋਸ਼ਨ ਹੁੰਦਾ ਦਲਿੱਦਰ ਦੂਰ ਹੁੰਦਾ ਉੱਥੇ ਵੀ ਮੈਂ ਤੇ ਉਸ ਥਾਂ ਤੇ ਜਿੱਥੇ ਮੈਂ ਆਗੀ ਉੱਥੇ ਮਿਹਨਤ ਤੇ ਉਦਮ ਆਪ ਹੀ ਆ ਜਾਵੇਗਾ ਜਾ ਮੈਂ ਤੈਨੂੰ ਵਰਦਾਨ ਦਿੰਨੀ ਆ ਵੀ ਮੈਂ ਤੇਰੇ ਘਰੋਂ ਕਦੀ ਨਹੀਂ ਜਾਵਾਂਗੀ ਤੇ ਜੋ ਇਹ ਤਿੰਨ ਚੀਜ਼ਾਂ ਤੇ ਅਮਲ ਕਰੇਗਾ ਉਸ ਕਰੋ ਵੀ ਨਹੀਂ ਜਾਂਦੀ ਨਾਲ ਕਿਹਾ ਵੀ ਸੁਣ ਜਦੋਂ ਵੀ ਤੂੰ ਆਪਣੇ ਘਰ ਦੀਵਾ ਜਗਾਵੇਂ ਤੂੰ ਆਪਣੀ ਛੱਤ ਤੇ ਦੀਵਾ ਜ਼ਰੂਰ ਜਗਾਈ ਜਦੋਂ ਦੀਵਾ ਜਗਾਵੇਂ ਤੇ ਨਾਲ ਇੱਕ ਰੋਟੀ ਜ਼ਰੂਰ ਰੱਖੀ ਉਹਨੇ ਕਿਹਾ ਵੀ ਦੀਵਾ ਜਗਾ ਕੇ ਰੋਟੀ ਕਿਉਂ ਰੱਖਣੀ ਤਾਂ ਮਾਇਦੇ ਦੇਵੀ ਨੇ ਕਿਹਾ ਜਿਹੜਾ ਛੱਤ ਹੈ ਨਾ ਤੇਰਾ ਖੁੱਲੀ ਤਾਂ ਉੱਥੇ ਕਾਂ ਜਨੌਰ ਚਿੜੀਆਂ ਕੀੜੀਆਂ ਬੜੇ ਸਾਰੇ ਭਾਂਤਪਾਂ ਦੇ ਜੀਵ ਆਉਂਦੇ ਨੇ ਤੇਰੇ ਉਹ ਦੀਵੇ ਦੇ ਨਾਲ ਜਦੋਂ ਤੇਰਾ ਦੀਵਾ ਉੱਥੇ ਰੋਸ਼ਨੀ ਹੋਏਗੀ ਤੇ ਉੱਥੇ ਕੀੜੀਆਂ ਬੜਾ ਜਨੌਰ ਨਿੱਕੇ ਨਿੱਕੇ ਆ ਕੇ ਜਦੋਂ ਉੱਥੇ ਖਾਣਗੇ ਤੇਰੀ ਉਹ ਰੋਟੀ ਤੇ ਤੇਰੇ ਖਾਤੇ 'ਚ ਹੋਰ ਇੰਨੇ ਪੁੰਨ ਜਮਾ ਹੋ ਜਾਣਗੇ ਕਿ ਤੇਰੇ ਘਰੋਂ ਕਦੇ ਵੀ ਅੰਨ ਤੇ ਤਾਂ ਦੀ ਕਮੀ ਨਹੀਂ ਹੋਵੇਗੀ ਉਹ ਇੱਕ ਰੋਟੀ ਤੇਰੇ ਘਰ ਨੂੰ ਭਾਗ ਲਾ ਦੇਗੀ ਦੀਵਾ ਜਗਾ ਕੇ ਥੋੜੀ ਦੂਰੀ ਤੇ ਤੂੰ ਰੋਟੀ ਜ਼ਰੂਰ ਰੱਖ ਦੀ ਉਹ ਰੋਟੀ ਤੇਰੇ ਭਾਗ ਕਿਸਮਤ ਬਦਲ ਦੇਵੇਗੀ ਜੇਕਰ ਆਪਾਂ ਵੀ ਇੱਕ ਦੂਜੇ ਉਤੇ પ્રેમ ਪਿਆਰ ਤੇ ਵਿਸ਼ਵਾਸ ਦੀ ਭਾਵਨਾ ਰੱਖਾਂਗੇ ਤਾਂ ਆਪਾਂ ਔਖੇ ਤੋਂ ਔਖੇ ਸਮੇ ਤੋਂ ਵੀ ਬਾਹਰ ਆ ਜਾਵਾਂਗੇ ਕਿਹਾ ਜਾਂਦਾ ਨਹੀਂ ਇੱਕ ਜੰਗ ਇੱਕ ਪਾਸੇ ਇਕੱਲਾ ਰੁੱਖ ਹੋਵੇ ਨੇਰੀ ਆਵੇ ਤੋਂ ਡਿੱਗ ਜਾਂਦਾ ਇੱਕ ਪਾਸੇ ਕਾਫੀ سارے ਰੁੱਖ ਹੋਣ ਜਿੰਨੀ ਮਰਜ਼ੀ ਨੇਰੀ ਆਵੇ ਉਹ ਰੁੱਖ ਖੜਾ ਰਹਿੰਦਾ ਕਿਉਂ ਕਹਿੰਦਾ ਨਾ ਏਕਤਾ ਵਿੱਚ ਬਲ ਹੁੰਦਾ ਐਵੇਂ ਇੱਕ ਇਕੱਲਾ ਮਨੁੱਖ ਛੇਤੀ ਹਾਰ ਜਾਂਦਾ ਪਰ ਜਿੱਥੇ ਪਰਿਵਾਰ ਦਾ ਸਾਥ ਆ ਜੇ ਨਾ ਜਿੱਥੇ ਮਾਪਿਓਂ ਹੀ ਨਾਲ ਕਹੈ ਦਿਨ ਮੈਂ ਤੇਰੇ ਨਾਲ ਉੱਥੇ ਬੜਾ ਹਿੰਮਤ ਤੇ ਹੌਸਲਾ ਮਿਲ ਜਾਂਦਾ ਮਨੁੱਖ ਔਖੇ ਤੋਂ ਔਖਾ ਸਮਾ ਪਾਰ ਕਰ ਜਾਂਦਾ ਮਾਇਆ ਵੀ ਉੱਥੇ ਵਾਸ ਕਰਦੀ ਹੈ ਜਿੱਥੇ ਜੀਵਾਂ ਦਾ ਆਪਸੀ ਪ੍ਰੇਮ ਤੇ ਪਿਆਰ ਹੁੰਦਾ ਹੈ ਪਿਆਰ ਭਾਵਨਾ ਦਇਆ ਨਿਮਰਤਾ ਮਿਠਾਸ ਉੱਥੇ ਹਰ ਸੁਖ ਆ ਕੇ ਵਾਸ ਕਰ ਜਾਂਦਾ ਹੈ ਇਸ ਲਈ ਆਪਾਂ ਨੂੰ ਪਿਆਰ ਇੱਕ ਦੂਜੇ ਨੂੰ ਸਤਿਕਾਰ ਦੇਣਾ ਚਾਹੀਦਾ ਤੇ ਇਸ ਤਰ੍ਹਾਂ ਹੀ ਰਹਿਣਾ ਚਾਹੀਦਾ ਹਰ ਇੱਕ ਚੀਜ਼ ਵਿੱਚ ਫਿਰ ਆਪੇ ਬਰਕਤ ਵਾਸ ਕਰਦੀ ਹੈ ਜਿੱਥੇ ਕਲਾ ਕਲੇਸ਼ ਹੁੰਦਾ ਉੱਥੇ ਤੇ ਮਟੀਆਂ ਵਿੱਚ ਆਟਾ ਵੀ ਖਤਮ ਹੋ ਜਾਂਦਾ ਹੈ ਦੇਰ ਵੀ ਨਹੀਂ ਲੱਗਦੀ ਖਤਮ ਹੋਣ ਵਿੱਚ ਜਿੱਥੇ ਹਰ ਇੱਕ ਦੀ ਗੱਲ ਨੂੰ ਪਿਆਰ ਨਾਲ ਸੁਣ ਹਰ ਇੱਕ ਨੂੰ ਤਵੱਜੋ ਦਿੱਤੀ ਜਾਂਦੀ ਉਥੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਹੁੰਦੀ ਜਿੱਥੇ ਇੱਕ ਦੀ ਹਕੂਮਤ ਚੱਲਦੀ ਏ ਉਸ ਘਰ ਦੀ ਬਰਬਾਦੀ ਵੀ ਨੇੜੇ ਹੁੰਦੀ ਦੁੱਖ ਵੀ ਉਸ ਘਰ ਦੀਆਂ ਫਿਰ ਬਰੂਹਾ ਪੁੱਲ ਜਾਂਦਾ ਜਿੱਥੇ ਪਿਆਰ ਹੋਵੇ ਜਿੱਥੇ ਆਪਣਾਪਨ ਹੋਵੇ ਜਿੱਥੇ ਇੱਕ ਦੂਜੇ ਦੇ ਦਰਦ ਨੂੰ ਸਮਝਿਆ ਜਾਵੇ ਜੇ ਆਪਸ ਵਿੱਚ ਲੜਾਂਗੇ ਤਾਂ ਬਰਬਾਦ ਆਪੇ ਹੋ ਜਾਵਾਂਗੇ ਇਸ ਲਈ ਆਪਸ ਵਿੱਚ ਪਿਆਰ ਤੇ ਸਤਿਕਾਰ ਨਾਲ ਰਹੋ ਘਰ ਬਰਕਤ ਨਾਲ ਆਪੇ ਪਰ ਜਾਵੇਗਾ